ਗੱਲ ਕਰਾਂਗੇ ਅਮਰੀਕਾ ਦੀ ਅਮਰੀਕਾ ਦੇ ਵਿੱਚ ਮੇਜਰ ਪਾਈਪਲਾਈਨ ਜਿਹੜੀ ਹੈਗੀ ਆ ਇੱਕ ਵੱਡੀ ਪਾਈਪਲਾਈਨ ਜਿਹੜੀ ਆ ਉਹਨੂੰ ਪਾਰਸ਼ਲੀ ਬੰਦ ਕਰਨਾ ਪਿਆ ਕੁਝ ਸਮੇਂ ਵਾਸਤੇ ਕਿਉਂਕਿ ਕਨਸਰਨ ਨੇ ਉੱਠੇ ਆ ਕਿ ਇਹ ਹੈਕ ਕਰ ਲਈ ਗਈ ਆ ਅੱਜਕੱਲ ਸਾਰਾ ਕੰਮ ਕੰਪਿਊਟਰਾਂ ਦੇ ਜ਼ਰੀਏ ਹੁੰਦਾ ਆ ਤੇ ਆਪਣੇ ਕੋਲ ਬਿਜਲੀ ਆ ਰਹੀ ਆ ਗੈਸ ਆ ਰਹੀ ਆ ਸਾਰਾ ਕੰਟਰੋਲ ਜਿਹੜਾ ਆ ਉਹ ਕੰਪਿਊਟਰਸ ਰਾਹੀਂ ਹੁੰਦਾ ਤੇ ਇਸ ਪਾਈਪਲਾਈਨ ਨੂੰ ਚਲਾਉਂਦੇ ਕੰਪਿਊਟਰ ਜਿਹੜੇ ਸ਼ੱਕ ਕੀਤਾ ਜਾ ਰਿਹਾ ਕੀ ਹੈ ਕਰ ਲੈ ਗਏ ਆ ਇਸ ਪਾਈਪਲਾਈਨ ਦੇ ਰਾਹੀਂ ਪੈਟਰੋਲ ਜਹਾਜ਼ਾਂ ਦਾ ਤੇਲ ਡੀਜ਼ਲ ਜਿਹੜਾ ਆ ਉਹ ਲੰਘਾਇਆ ਜਾਂਦਾ ਅਮਰੀਕਾ ਦੇ ਕਈ ਸੂਬਿਆਂ ਨੂੰ ਇਹ ਪਾਈਪਲਾਈਨ ਜਿਹੜੀ ਜਾ ਰਹੀ ਹੈ ਹੁਣ ਕੁਝ ਹੱਦ ਤੱਕ ਜਿਹੜੀ ਇਹ ਪਾਈਪਲਾਈਨ ਚੱਲਦੀ ਆ ਵੱਡੀ ਪੱਧਰ ਤੇ ਉੱਤੇ ਬੰਦ ਕੀਤੀ ਗਈ ਆ ਇਸ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਕੁਝ ਥਾਵਾਂ ਦੇ ਉੱਤੇ ਗੈਸ ਦੀ ਸ਼ਾਰਟੇਜ ਜਿਹੜੀ ਆ ਡੀਜ਼ਲ ਦੀ ਘਟ ਜਿਹੜੀ ਇੱਕ ਸ਼ਾਰਟੇਜ ਆ ਉਹ ਦਿਖਾਈ ਦੇ ਸਕਦੀ ਆ ਤੇ ਇਸ ਪ੍ਰੋਸੈਸਰ ਨੂੰ ਦੁਬਾਰਾ ਆਪਣੇ ਕਾਬਜ਼ੇ ਦੇ ਵਿੱਚ ਨੈਟਵਰਕ ਨੂੰ ਕਬਜ਼ੇ ਵਿੱਚ ਕਰਨ ਦੀ ਜਿਹੜੀ ਕੋਸ਼ਿਸ਼ ਕੰਪਨੀ ਵੱਲੋਂ ਕੀਤੀ ਜਾ ਰਹੀ ਹੈ ਹਜੇ ਇਹਨਾਂ ਨੁਕਸਾਨ ਕਿੰਨਾ ਹੋਇਆ ਇਹਦੀ ਗੱਲ ਜਿਹੜੀ ਹੈ ਸਾਹਮਣੇ ਨਹੀਂ ਆ ਰਹੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ